ਕੈਨੇਡਾ ਸਰਕਾਰ ਦਾ ਪ੍ਰਵਾਸੀਆਂ ਤੇ ਵੱਡਾ ਐਕਸ਼ਨ 29000 ਕੀਤੇ ਡਿਪੋਰਟ ਪੇਸ਼ਾ ਹਰਸੁਖ ਟੀਵੀ ਦੀ ਇੱਕ ਖਾਸ ਰਿਪੋਰਟ ਕੈਨੇਡਾ ਸਰਕਾਰ ਵੱਲੋਂ ਹੁਣ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦਾ سلسلہ ਤੇਜ਼ ਕਰ ਦਿੱਤਾ ਹੈ ਪਿਛਲੇ 2 ਸਾਲ ਵਿੱਚ 29000 ਦਾ ਬੋਰੀ ਬਿਸਤਰਾ ਗੋਲ ਕੀਤਾ ਜਾ ਚੁੱਕਿਆ ਹੈ ਪਰਵਾਸੀਆਂ ਨੂੰ ਕੈਨੇਡਾ ਵਿੱਚੋਂ ਕੱਢਣ ਤੇ ਲਿਬਰਲ ਸਰਕਾਰ ਵੱਲੋਂ 2023 ਵਿੱਚ 62 ਮਿਲੀਅਨ ਡਾਲਰ ਖਰਚ ਕੀਤੇ ਗਏ ਸਨ ਅਤੇ ਦੇਸ਼ ਨਿਕਾਲੇ ਦੀ ਰਫ਼ਤਾਰ ਪਿਛਲੇ ਇੱਕ ਦਹਾਕੇ ਦੇ ਸਿਖਰਲੇ ਪੱਧਰ ਤੇ ਪਹੁੰਚ ਗਈ ਹੈ। ਸਟੀਫਨ ਹਾਰਪਨ ਦੀ ਅਗਵਾਈ ਵਾਲੀ ਟੋਰੀ ਸਰਕਾਰ ਵੱਲੋਂ ਇੱਕ ਸਾਲ ਵਿੱਚ ਤਕਰੀਬਨ 19,000 ਪਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਅਤੇ ਮੌਜੂਦਾ ਟੋਰਾਂਟੋ ਸਰਕਾਰ ਇਸ ਆંકੜੇ ਦੇ ਨੇੜੇ ਪਹੁੰਚਦੀ ਹੋਈ ਮਹਿਸੂਸ ਹੋ ਰਹੀ ਹੈ। ਟੋਰਾਂਟੋ 스타 ਦੀ ਰਿਪੋਰਟ ਦੇ ਮੁਤਾਬਕ 2023 ਤੇ 24 ਦੇ ਦੌਰਾਨ 16,200 ਅੰਜ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਜੋ ਲਿਬਰਲ ਸਰਕਾਰ ਵੱਲੋਂ ਕੀਤੀ ਸਭ ਤੋਂ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ 2015 ਵਿੱਚ ਸੱਤਾ ਲੱਭਣ ਮਗਰੋਂ ਜਸਟਿਨ ਟਰੂਡੋ ਦੀ ਸਰਕਾਰ ਤਕਰੀਬਨ 92 ਹਜ਼ਾਰ ਪ੍ਰਵਾਸੀਆਂ ਨੂੰ ਡਿਪੋਰਟ ਕਰ ਚੁੱਕੀ ਹੈ ਅਤੇ ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੀਆਂ ਜਥੇਬੰਦੀਆਂ ਇਸ ਦਾ ਵਿਰੋਧ ਕਰ ਰਹੀਆਂ ਨੇ ਇੱਥੇ ਦੱਸਣਾ ਬਣਦਾ ਹੈ ਕਿ ਹਜ਼ਾਰਾਂ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਮਾਮਲਿਆਂ ਵਿੱਚੋਂ ਕੁਝ ਚਰਚਾ ਦਾ ਕੇਂਦਰ ਬਣੇ ਹੋਏ ਨੇ ਜਿਨ੍ਹਾਂ ਵਿੱਚੋਂ ਭਾਰਤ ਦੇ ਤਰुण ਗੋਦੜਾ ਨੂੰ ਕੈਨੇਡਾ ਵਿੱਚੋਂ ਕੱਢਣ ਦੇ ਹੁਕਮਾਂ ਦਾ ਮਾਮਲਾ ਇੱਕ ਹੈ ਤਰुण ਗੋਦਾਰ ਉਸ ਸਟੱਡੀ ਵੀਜ਼ਾ ਤੇ ਕੈਨੇਡਾ ਆਇਆ ਸੀ ਸਟਰਬਰੀ ਦੇ ਕੈਰੀਬੀਅਨ ਕਾਰਜ ਵਿੱਚ ਡਿਪਲੋਮਾ ਮੁਕੰਮਲ ਕਰਨ ਮਗਰੋਂ ਉਸਦੇ ਵਰਕ ਪਰਮਿਟ ਮਿਲਿਆ ਪਰ ਉਹ ਪੀਆਰ ਹਾਸਲ ਕਰਨ ਵਿੱਚ ਅਸਫਲ ਰਿਹਾ ਅਤੇ ਇਮੀਗ੍ਰੇਸ਼ਨ ਵਿਭਾਗ ਨੇ ਉਸ ਦਾ ਵਰਕ ਪਰਮਿਟ ਨਵੀਂ ਆਉਣਯੋਗ ਤੋਂ ਨਾ ਕਰ ਦਿੱਤੀ ਮਾਈਗ੍ਰੈਂਟ ਵਰਕਰ ਆਇਲਿਆンス ਫੋਰ ਚੇਨ ਨੇ ਕਾਰਜਕਾਰੀ ਡਾਇਰੈਕਟਰ ਸੈਇਦ ਨੇ ਦੋਸ਼ ਲਾਇਆ ਕਿ ਟ੍ਰੂਡੋ ਸਰਕਾਰ ਇੱਕ ਪਾਸੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਪੱਕਾ ਕਰਨ ਦਾ ਲਾਰਾ ਲਾਰੀ ਹੈ ਜਦਕਿ ਦੂਜੇ ਪਾਸੇ ਕਰੋੜਾਂ ਡਾਲਰ ਖਰਚ ਕਰਦੇ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਕੈਨੇਡੀਅਨ ਕਾਉਂਸਲ ਨੇ ਗੋਰੀ ਸਵੀਡਨਜ਼ ਵੱਲੋਂ ਟ੍ਰੂਡੋ ਸਰਕਾਰ ਦੀ ਨੀਤੀ ਨੂੰ ਅਨਮਨੁੱਖੀ ਕਰਾਰ ਦਿੱਤਾ ਗਿਆ ਉਨ੍ਹਾਂ ਕਿਹਾ ਕਿ ਲੱਖਾਂ ਪ੍ਰਵਾਸੀਆਂ ਕਈ ਸਾਲਾਂ ਤੋਂ ਪੱਕੇ ਹੋਣ ਦੀ ਉਡੀਕ ਕਰ ਰਹੇ ਨੇ ਪਰ ਕੋਈ ਰਾਹਤ ਦੇਣ ਦੀ ਬਜਾਏ ਉਨ੍ਹਾਂ ਨੂੰ ਜਹਾਜ਼ ਚੜਾ ਕੇ ਤੇ ਵਾਪਸ ਭੇਜਿਆ ਜਾ ਰਿਹਾ ਹੈ ਫੈਡਰਲ ਸਰਕਾਰ ਦੇ ਆਂਕੜਿਆਂ ਮੁਤਾਬਕ ਕੈਨੇਡਾ ਬਾਰਡਰ ਸਰਵਿਸ ਏਜੰਸੀ ਵੱਲੋਂ 2021 ਵਿੱਚ ਤਕਰੀਬਨ 75000 ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਪਰ ਇਸ ਮਗਰੋਂ ਰਫਤਾਰ ਇੰਨੀ ਤੇਜ਼ ਹੋ ਗਈ ਕਿ ਹਵਾਈ ਅੱਡਿਆਂ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਮੇਲੇ ਲੱਗੇ। ਰਿਪੋਰਟ ਕਿਤੇ ਪ੍ਰਵਾਸੀਆਂ ਵਿੱਚੋਂ ਸਿਰਫ 5% ਦੀ ਅਪਰਾਧ ਸਮਗਰੀ ਵਿੱਚ ਸ਼ਾਮਲ ਸਨ। ਪਰ ਇਸਤੇ باوجود ਕੋਈ ਨਰਮੀ ਨਹੀਂ ਵਰਤੀ ਗਈ। ਸੀਬੀਸੀਐਸ ਨੇ ਕਹਿਣਾ ਹੈ ਕਿ ਇਹ ਪ੍ਰਵਾਸੀਆਂ ਨੂੰ ਆਮ ਤਰੀਕੇ ਨਾਲ ਡਿਪੋਰਟ ਕਰਨ ਤੇ 3800 ਡਾਲਰ ਦਾ ਖਰਚਾ ਆਉਂਦਾ ਹੈ। ਪਰ ਨਿਗਰਾਨੀ ਹੇਠ ਸਬੰਧਤ ਮੁਲਕ ਵਿੱਚ ਛੱਡ ਕੇ ਉਹਨਾਂ ਤੇ ਖਰਚਾ 12500 ਡਾਲਰ ਤੱਕ ਜਾ ਸਕਦਾ ਹੈ। CBCS ਨੇ ਦਾਵਾ ਕੀਤਾ ਹੈ ਕਿ ਕਿਸੇ ਨੂੰ ਡਿਪੋਰਟ ਕਰਨ ਦਾ ਫੈਸਲਾ ਹਲਕੇ ਤੌਰ ਤੇ ਨਹੀਂ ਲਿਆ ਜਾਂਦਾ। ਮੁਲਕ ਦੀ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਦੇਸ਼ ਨਿਕਾਲਾ ਅਹਿਮ ਰੋਲ ਅਦਾ ਕਰਦਾ ਹੈ। ਹਾਜੀ ਵੀ ਇਹ ਮੁਹਿੰਮ ਜਾਰੀ ਹੈ। ਹੁਣ ਦੇਖਣਾ ਹੋਵੇਗਾ ਕਿੰਨੇ ਲੋਕ ਇਸ ਮੁਹਿੰਮ ਦੇ ਨਿਪਰੇ ਚੜ ਜਾਂਦੇ ਨੇ ਕਿਉਂਕਿ ਕਈ ਲੋਕ ਇਹ ਜੇ ਨੇ ਜੋ ਉੱਥੇ ਆ ਕੇ ਅਤੇ ਉੱਥੇ ਸਥਾਈ ਨਿਵਾਸ ਚਾਹੁੰਦੇ ਨੇ ਪਰ ਸਰਕਾਰ ਵੱਲੋਂ ਇਸਤੇ ਮਨਾਹੀ ਲਾ ਦਿੱਤੀ ਗਈ ਹੈ। ਸਰਕਾਰ ਨੇ ਤਾਂ ਸਟੂਡੈਂਟਸ ਨੂੰ ਵੀ ਇਹ ਕਿਹਾ ਕਿ ਆਓ ਪੜੋ ਅਤੇ ਵਾਪਸ ਜਾਓ ਹੁਣ ਦੇਖਣਾ ਹੋਵੇਗਾ ਕਿੰਨੇ ਲੋਕਾਂ ਨੂੰ ਇੱਥੇ ਸਥਾਈ ਨਿਵਾਸ ਮਿਲਦਾ ਹੈ ਅਤੇ ਕਿੰਨੇ ਲੋਕਾਂ ਦੀ ਘਰ ਵਾਪਸੀ ਹੁੰਦੀ ਹੈ